ਹੈਲੋ ਜੀ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਲੱਗੇ ਆ ਬਣਾਉਣ ਕਰੋੰਦੇ ਦਾ ਝਾਰ ਉਮੀਦ ਕਰਦੇ ਆ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਧੀਆ ਹੁੰਦਾ ਲੱਗਦਾ ਹੁੰਦਾ ਤਾਂ ਤੁਸੀਂ ਪਲੀਜ਼ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਤੁਹਾਡੇ ਕਮੈਂਟਾਂ ਦੇ ਨਾਲ ਹੌਸਲਾ ਬਹੁਤ ਮਿਲਦਾ ਤੇ ਅੱਜ ਆਪਾਂ ਕਰਾਉਂਦੇ ਦਾ ਚਟਪਟਾ ਖੱਟਾ ਮਿੱਠਾ ਆਚਾਰ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਹੁੰਦਾ ਹੈ ਤੇ ਸਭ ਨੂੰ ਪਸੰਦ ਆਉਂਦਾ ਇਸ ਦੇ ਸੁਆਦੀਸ਼ਟ ਦੇ ਨਾਲ ਨਾਲ ਇਹ ਬਹੁਤ ਹੀ ਜ਼ਿਆਦਾ ਗੁਣਕਾਰੀ ਆਪਣੇ ਪੇਟ ਦੇ ਲਈ ਆਪਣੇ ਲਈ ਬਹੁਤ ਹੀ ਫਾਇਦੇਮੰਦ ਆ ਇਸ ਆਚਾਰ ਦਾ ਅੱਜ ਕੱਲ ਸੀਜ਼ਨ ਹੁੰਦਾ ਤੇ ਤੁਹਾਨੂੰ ਜਿਹੜਾ ਸਬਜੀ ਮੰਡੀ ਦੇ ਵਿੱਚੋਂ ਮਾਰਕੀਟ ਦੇ ਵਿੱਚੋਂ ਈਜ਼ੀ ਹੀ ਜਿਹੜਾ ਤੁਹਾਨੂੰ ਕਰਾਉਂਦੇ ਮਿਲ ਜਾਣਗੇ ਤੁਸੀਂ ਕੀ ਕਰਨਾ ਕਰਾਉਂਦੇ ਦਾ achar ਅੱਜਕੱਲ ਜਰੂਰ ਬਣਾਓ ਕਈ ਵਾਰ ਕੀ ਹੁੰਦਾ ਕਿ ਦਿਲ दाल ਸਬਜੀ ਨੂੰ ਜਿਹੜਾ ਬਿਲਕੁਲ ਵੀ ਮਨ ਨਹੀਂ ਕਰਦਾ ਤੇ ਕਰਾਉਂਦੇ ਦਾ ਜਿਹੜਾ achar ਹੁੰਦਾ ਬਹੁਤ ਹੀ ਸਵਾਦ ਲੱਗਦਾ ਟੇਸਟੀ ਲੱਗਦਾ दाल ਸਬਜੀ ਦੇ ਸਵਾਦ ਨੂੰ ਵੀ ਜਿਹੜਾ ਦੁੱਗਣਾ ਕਰ ਦਿੰਦਾ ਇਸ ਤਰਾਪਾ ਕਰਾਉਂਦੇ ਆ ਨੂੰ ਕੀ ਕਰਨਾ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਫਿਰ ਆਪਾਂ ਇਹਨਾਂ ਨੂੰ ਕੱਟ ਲੈਣਾ ਕੱਟ ਕੇ ਇਹਨਾਂ ਦੇ ਵਿੱਚ ਆਪਾਂ ਬੀ ਦੇਖਨੇ ਆ ਜੇਕਰ ਬੀ ਕੱਚੇ ਆ ਸੌਫਟ ਆ ਤਾਂ ਫਿਰ ਤੁਸੀਂ ਵਿੱਚੋਂ ਨਹੀਂ ਕੱਢਣੇ ਜੇਕਰ ਪੱਕੇ ਆ ਕਾਲੇ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਵਿੱਚੋਂ ਕਰਾਉਂਦੇ ਕੱਟ ਕੇ ਤੇ ਬੀਆ ਨੂੰ ਅਲੱਗ ਕਰ ਦੇਣਾ ਮੈਂ ਤੁਹਾਨੂੰ ਦਿਖਾਉਂਗੀ ਕਈ ਵਾਰ ਕਰਾਉਂਦੇ ਕੱਟਦੇ-ਕੱਟਦੇ ਵਿੱਚੋਂ ਬੀ ਪੱਕੇ ਹੋਏ ਨਿਕਲਦੇ ਆ ਥੋੜੇ ਡਾਰਕ ਕਲਰ ਦੇ ਜਿਵੇਂ ਕਿ ਕਹਿ ਰਹੀ ਆ ਕਾਲੇ ਜਿਹੇ ਕਲਰ ਦੇ ਇਸ ਤਰ੍ਹਾਂ ਦੇ ਹੁੰਦੇ ਆ ਤੇ ਕਈ ਸਾਫਟ ਵੀ ਹੁੰਦੇ ਆ ਤੇ ਲੋੜ ਨਹੀਂ ਪੈਂਦੀ ਕਿ ਕਰਾਉਂਦਿਆਂ ਦੇ ਵਿੱਚੋਂ ਵੀ ਕੱਢਣ ਦੀ ਜੇਕਰ ਤੁਹਾਨੂੰ ਲੱਗੇ ਵੀ ਵੀ ਪੱਕੇ ਹੋਏ ਲੱਗਦੇ ਆ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਵੀ ਕੱਢ ਸਕਦੇ ਆ ਕਈ ਵਾਰ ਕਰਾਉਂਦਿਆਂ ਵਿੱਚੋਂ ਜ਼ਿਆਦਾ ਕਿਰੇ ਹੁੰਦੇ ਆ ਦਾਗ ਹੀ ਹੁੰਦੇ ਆ ਤੇ ਉਹ ਤੁਸੀਂ ਵਿੱਚੋਂ ਕੱਢ ਦੇਣੇ ਆ ਤਾਂ ਕਿ ਤੁਹਾਡਾ achar ਆ ਜਿਹੜਾ ਖਰਾਬ ਨਾ ਹੋਵੇ achar ਨੂੰ ਆਪਾਂ ਲੰਬੇ ਸਮੇਂ ਤੱਕ ਕਿਵੇਂ ਰੱਖ ਸਕਦੇ ਆ ਤੇ ਇਸ ਦੀ ਜਿਹੜੀ ਲਾਈਫ ਆ ਉਹ ਕਿਵੇਂ ਵਧਾਉਣੀ ਆ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਦੇ ਆ ਇੱਕ ਚਮਚ ਆਪਾਂ ਲੈ ਲਿਆ ਜੀਰਾ ਇੱਧਰ ਆਪਾਂ ਲੈ ਲਈ ਵੱਡੇ ਇਲਾਇਚੀ ਮਸਾਲੇ ਤੁਸੀਂ ਕੀ ਕੀ ਲੈਣਾ ਚਾਹੁੰਦੇ ਆ ਉਹ ਆਪਣੀ ਮਰਜ਼ੀ ਮੁਤਾਬਕ ਵੀ ਲੈ ਸਕਦੇ ਆ ਤੇ ਸਕਿੱਪ ਵੀ ਕਰ ਸਕਦੇ ਆ ਸੌਂਫ ਲੈ ਲਈ ਆਪਾਂ 1 ਚਮਚ ਤੇ ਅੱਧਾ ਚਮਚ ਹੀ ਆਪਾਂ ਮੇਥੀ ਦਾਣਾ ਲੈ ਲਿਆ ਠੀਕ ਆ ਜੀ ਧਨੀਆ ਤੁਸੀਂ ਸਾਬਤ ਧਨੀਆ ਵੀ ਲੈ ਸਕਦੇ ਆ ਤੇ 1 ਚਮਚ ਆਪਾਂ ਲੈ ਲਿਆ ਰਾਏ ਤੇ ਇਧਰ ਆਪਣਾ ਇੱਕ ਚਮਚਾ ਆਪਣੀ ਕਲੌਂਜੀ ਆ ਕਲੌਂਜੀ ਨੂੰ ਆਪਾਂ ਵਿੱਚ ਮਿਕਸ ਨਹੀਂ ਕਰਾਂਗੇ ਤੇ ਕਿਉਂਕਿ ਆਪਾਂ ਮਸਾਲਿਆਂ ਨੂੰ ਪੀਸਣਾ ਜੇ ਆਪਾਂ ਕਲੌਂਜੀ ਨੂੰ ਵੀ ਨਾਲ ਪੀਸ ਲਵਾਂਗੇ ਤਾਂ ਫਿਰ ਆਪਣਾ ਆਚਾਰ ਦਾ ਜਿਹੜਾ ਕਲਰ ਆ ਉਹ ਬਿਲਕੁਲ ਵੀ ਸੋਹਣਾ ਨਹੀਂ ਲੱਗੂਗਾ ਇਸ ਕਰਕੇ ਕਲੌਂਜੀ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਬਾਅਦ ਵਿੱਚ ਉੱਪਰ ਦੀ ਜਿਹੜਾ ਕਲੌਂਜੀ ਨੂੰ ਪਾ ਦਵਾਂਗੇ ਕਾਲੀਆਂ ਮਿਰਚਾਂ ਲੈ ਲਈਆਂ ਆਪਾਂ 15 ਤੋਂ 20 ਤੇ ਮਸਾਲਿਆਂ ਨੂੰ ਹਲਕਾ ਜਿਹਾ ਆਪਾਂ ਸੇਕ ਲਵਾ ਲੈਣਾ ਕਿਉਂਕਿ ਮੌਸਮ ਅੱਜਕੱਲ ਸਿਲ ਵਾਲਾ ਹੁੰਦਾ ਏ ਤੇ ਇਹਨਾਂ ਦੇ ਵਿੱਚ ਸੈਲ ਜੀ ਆ ਜਾਂਦੀ ਹੈ ਜਾਂ ਤਾਂ ਫਿਰ ਤੁਸੀਂ ਧੁੱਪ ਲਵਾ ਲਓ ਨਹੀਂ ਹਲਕਾ ਜਾਂ ਸੇਕ ਲਵਾ ਲਓ ਤਾਂ ਕਿ ਇਹਨਾਂ ਦੀ ਸੈਲ ਆ ਜਿਹੜੀ ਮਸਾਲਿਆਂ ਦੀ ਖਤਮ ਹੋ ਜਾਵੇ ਤੇ ਜਦੋਂ ਆਪਾਂ achar ਦੇ ਵਿੱਚ ਪਾਵਾਂਗੇ ਤੇ achar ਜਿਹੜਾ ਆਪਣਾ ਖਰਾਬ ਨਾ ਹੋਵੇ ਤੇ ਲੰਬੇ ਸਮੇਂ ਤੱਕ ਆਪਣਾ achar ਜਿਹੜਾ ਰਵੇ ਕੜਾਈ ਲੈ ਲਿਆ ਹੁਣ ਆਪਾਂ ਕੜਾਈ ਦੇ ਵਿੱਚ ਇੱਕ ਕੜਛੀ ਤੋਂ ਥੋੜਾ ਜਿਹਾ ਉੱਪਰ ਹੀ ਆਪਾਂ ਤੇਲ ਲਵਾਂਗੇ ਜ਼ਿਆਦਾ ਨਹੀਂ ਲਵਾਂਗੇ ਸਿਰਫ ਆਪਣਾ ਇੱਕ ਕੜਛੀ ਦਾ ਘਰੇਵ ਆਪਣਾ ਜਿਹੜਾ ਥੋੜਾ ਜਿਹਾ ਇੱਕ ਦੋ ਚਮਚ ਉੱਪਰ ਹੋਊਗਾ ਤੇਲ ਇਹ ਜ਼ਿਆਦਾ ਨਹੀਂ ਹੈਗਾ ਇਹ 500 ਗ੍ਰਾਮ ਆਪਣੇ ਕਰਾਉਂਦੇ ਆ ਤੇ ਤੇਲ ਨੂੰ ਆਪਾਂ ਪਹਿਲਾਂ ਗਰਮ ਕਰ ਲਿਆ ਤੇ ਹੁਣ ਆਪਾਂ ਹਿੰਗ ਲੈ ਲਈ। ਹਿੰਗ ਜਦ ਤੁਸੀਂ ਕੋਈ ਵੀ achar ਬਣਾਉਨੇ ਆ ਨਾ ਤੇ ਉਸ ਦੇ ਵਿੱਚ ਥੋੜਾ ਜਿਹਾ ਹਿੰਗ ਜ਼ਰੂਰ ਪਾਓ ਕਿਉਂਕਿ ਫਲੇਵਰ ਬਹੁਤ ਵਧੀਆ ਹੁੰਦਾ ਵੈਸੇ ਵੀ ਆਪਣੇ ਪੇਟ ਦੇ ਲਈ ਫਾਇਦੇਮੰਦ ਹੁੰਦੀ ਆ ਹਿੰਗ। ਲੋ ਜੀ ਆਪਾਂ ਨੇ ਕੱਟੇ ਹੋਏ ਕਰਾਉਂਦੇ ਆ ਇਹਨਾਂ ਨੂੰ ਆਪਾਂ 2 ਮਿੰਟ ਲਈ ਸੇਕ ਲਵਾਉਣਾ। ਹਾਈ ਫਲੇਮ ਤੇ ਲਵਾਉਣਾ ਕਿਉਂਕਿ ਬਹੁਤ ਜਲਦੀ ਇਹ ਸੌਫਟ ਹੋ ਜਾਂਦੇ ਆ ਕਰਾਉਂਦੇ। ਜ਼ਿਆਦਾ ਸੇਕ ਆ ਜਿਹੜਾ ਵਧਾਉਣਾ ਨਹੀਂ ਸਿਰਫ 2 ਮਿੰਟ ਹੀ ਸੇਕ ਲਵਾਉਣਾ ਇਸ ਨੂੰ। ਤੇ ਵਿੱਚ ਦੀ ਤੁਸੀਂ ਜਿਹੜਾ ਥੋੜਾ ਜਿਹਾ ਹਲਕਾ ਜਿਹਾ ਟੱਕ ਦੇਣਾ। ਕਿਉਂਕਿ ਛਟਪਾਟੀ ਖਾਣ ਦੇ ਲਈ ਬਣ ਕੇ ਤਿਆਰ ਹੋ ਜਾਂਦਾ ਹੁਣ ਆਪਾਂ ਸਿਰਫ ਨਾ 1 ਮਿੰਟ ਤੋਂ ਵੀ ਘੱਟ ਹੀ ਸਮਾਂ ਰੱਖਾਂਗੇ ਤੇ ਹੁਣੇ ਆਪਾਂ ਜਿਹੜਾ ਇਸ ਨੂੰ ਟੱਕਰ ਨੂੰ ਹਟਾ ਦਵਾਂਗੇ ਲਓ ਜੀ ਕਾਫੀ ਜਿਹੜਾ ਇਹ ਆਪਣਾ achar ਆ ਇਹ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ 500 ਗ੍ਰਾਮ ਦੇ ਵਿੱਚ ਕਿੰਨੇ ਕਿੰਨੇ ਮਸਾਲੇ ਪਾਉਣੇ ਆ ਇੱਕ ਚਮਚ ਆਪਾਂ ਹਲਦੀ ਲੈ ਲਈ 2 ਚਮਚ ਹੀ ਆਪਾਂ ਲਾਲ ਮਿਰਚ ਪਾਊਡਰ ਲੈ ਲੈਣਾ ਇੱਕ ਚਮਚ ਆਪਾਂ ਗਰਮ ਮਸਾਲਾ ਲੈ ਲੈਣਾ ਦੇ ਦੋ ਚਮਚੀ ਆਪਾਂ ਲੂਣ ਦੇ ਲੈ ਲੈਣੇ ਆ ਤੇ ਤੁਸੀਂ ਥੋੜਾ ਜਿਹਾ ਕਾਲਾ ਲੂਣ ਵੀ ਲੈ ਸਕਦੇ ਹੋ ਕਿਉਂਕਿ ਮੇਰੇ ਕੋਲ ਤਾਂ ਨਹੀਂ ਸੀਗਾ ਉਹਦੇ ਨਾਲ ਸਵਾਦਿਸ਼ਟ ਬਣ ਜਾਂਦਾ ਇਹ ਕਾਲੇ ਨਮਕ ਦੇ ਨਾਲ ਥੋੜਾ ਆਪਾਂ ਲੋ ਜੀ ਕਲੌਂਜੀ ਤੁਹਾਨੂੰ ਦਿਖਾਈ ਸੀ ਉੱਪਰ ਦੀ ਆਪਾਂ ਪਾ ਦਿੱਤੀ ਆ ਤੇ ਅਚਾਰ ਦਾ ਜਿਹੜਾ ਆਪਾਂ ਕਲਰ ਬਹੁਤ ਸੋਹਣਾ ਦੇਖਣ ਨੂੰ ਲੱਗੇ ਤੇ ਮੱਲਮੱਲੀ ਦਿਲ ਕਰੇ ਖਾਣ ਨੂੰ ਲੋ ਜੀ ਆਪਾਂ 50 ਕ ਗ੍ਰਾਮ ਗੁੜ ਲੈ ਲਿਆ ਇਹਦੀ ਜਗ੍ਹਾ ਚੀਨੀ ਵੀ ਲੈ ਸਕਦੇ ਆ ਸ਼ੱਕਰ ਵੀ ਲੈ ਸਕਦੇ ਆ ਤੇ ਜੇ ਤੁਸੀਂ ਜਾਓ ਮਿਸ਼ਰੀ ਵੀ ਬਾ ਸਕਦੇ ਆ ਤੇ ਤੁਸੀਂ ਕੀ ਕਰਨਾ ਜੇ ਸ਼ੱਕਰ ਜਾਂ ਚੀਨੀ ਲੈਣੀ ਹੈ ਤਾਂ 4 ਤੋਂ 5 ਚਮਚੇ ਤੁਸੀਂ ਵਿੱਚ ਜਿਹੜਾ ਐਡ ਕਰ ਸਕਦੇ ਆ ਠੀਕ ਆ ਜੀ ਤੇ ਇਧਰ ਆਪਾਂ 2 ਕ ਚਮਚੇ ਸਿਰਕਾ ਲੈ ਲਿਆ ਇਹ ਸਿਰਕਾ ਆਪਾਂ ਤਾਂ ਪਾਇਆ ਵੈਸੇ ਤਾਂ ਕਰਾਉਂਦੇ ਜਿਹੜੇ ਖੱਟੇ ਬਹੁਤ ਹੁੰਦੇ ਆ ਸਿਰਕੇ ਦੇ ਨਾਲ ਆਪਣਾ ਜਿਹੜਾ achar ਦੀ ਲਾਈਫ ਵੱਧ ਜਾਂਦੀ ਆ achar ਖਰਾਬ ਨਹੀਂ ਹੁੰਦਾ ਟੇਸਟ ਵੀ ਵਧੀਆ ਬਣਦਾ ਸਿਰਕੇ ਦੇ ਨਾਲ ਤੇ ਉਸ ਜਿਹੜਾ ਆਪਾਂ ਲੰਬੇ ਸਮੇਂ ਤੱਕ ਵੀ achar ਨੂੰ ਜਿਹੜਾ ਰੱਖ ਸਕਦੇ ਆ ਤੁਸੀਂ ਜੇਕਰ ਕਦੇ ਇਸ ਤਰੀਕੇ ਦੇ ਨਾਲ ਨਹੀਂ ਆਚਾਰ ਬਣਾਇਆ ਜਾਂ ਅੱਜ ਤੱਕ ਤੁਸੀਂ ਕਦੇ ਕਰਾਉਂਦੇ ਦਾ ਆਚਾਰ ਨਹੀਂ ਬਣਾ ਕੇ ਖਾਧਾ ਤਾਂ ਜਰੂਰ ਬਣਾ ਕੇ ਖਾਓ ਟਰਾਈ ਕਰੋ ਲਓ ਜੀ ਆਪਾਂ ਜਿਹੜੇ ਮਸਾਲੇ ਸੀਗੇ ਉਹਨਾਂ ਨੂੰ ਭੁੰਨ ਕੇ ਰੱਖੇ ਹੋਏ ਉਹਨਾਂ ਨੂੰ ਆਪਾਂ ਹਲਕਾ ਦਰਦਰਾ ਮोटा ਜਿਹਾ ਹੀ ਪੀਸਿਆ ਜਿਆਦਾ ਪਾਊਡਰ ਨਹੀਂ ਬਣਾਇਆ ਕਿਉਂਕਿ ਮोटे ਜਿਹੇ ਮਸਾਲੇ ਵਧੀਆ ਲੱਗਦੇ ਆ ਖਾਣ ਦੇ ਵਿੱਚ ਉਹਨਾਂ ਦਾ ਟੇਸਟ ਵਧੀਆ ਲੱਗਦਾ ਇਸ ਕਰਕੇ ਜਿਆਦਾ ਪਾਊਡਰ ਨਹੀਂ ਬਣਾਉਣਾ ਦਰਦਰਾ ਮोटा ਜਿਹਾ ਮਸਾਲਿਆਂ ਨੂੰ ਰੱਖਣਾ ਜਦੋਂ ਤੁਸੀਂ ਪੀਸਣਾ ਹੁਣ ਆਪਾਂ 2 ਮਿੰਟ ਕੜਾਈ ਦੇ ਵਿੱਚ ਰੱਖਣ ਤੋਂ ਬਾਅਦ ਇੱਕ ਡੋਂਗੇ ਦੇ ਵਿੱਚ ਜਿਹੜਾ ਆਪਾਂ achar ਨੂੰ ਕੱਢ ਦਵਾਂਗੇ ਕਿਉਂਕਿ achar ਜਿਹੜਾ ਹਲੇ ਕਾਫੀ ਗਰਮ ਆ ਗਰਮ ਗਰਮ achar ਨੂੰ ਆਪਾਂ ਡੱਬੇ ਦੇ ਵਿੱਚ ਸਟੋਰ ਨਹੀਂ ਕਰਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਇੱਕ ਡੱਬਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਸੁਕਾ ਲੈਣਾ ਇੱਕ ਕੱਪੜੇ ਦੇ ਨਾਲ ਧੁੱਪ ਦੇ ਵਿੱਚ ਰੱਖ ਕੇ ਫਿਰ ਆਪਾਂ ਉਸ ਨੂੰ ਜਿਹੜਾ ਸਟੋਰ ਕਰ ਸਕਦੇ ਹਾਂ ਕਿਉਂਕਿ ਜੇਕਰ ਡੱਬੇ ਦੇ ਵਿੱਚ ਥੋੜਾ ਜਿਹਾ ਵੀ ਪਾਣੀ ਹੋਵੇ ਜਾਂ ਸੈਲ ਹੋਵੇ ਡੱਬੇ ਦੇ ਵਿੱਚ achar ਆਪਣਾ ਖਰਾਬ ਹੋਣ ਦਾ ਡਰ ਰਹਿੰਦਾ ਜਦੋਂ ਵੀ ਤੁਸੀਂ achar ਨੂੰ ਲੈਣਾ ਤਾਂ ਤੁਸੀਂ ਇੱਕ ਸੁੱਕੇ ਹੋਏ ਚਮਚ ਦੇ ਨਾਲ ਅਚਾਰ ਨੂੰ ਲੈਣਾ ਅਚਾਰ ਦਾ ਕਲਰ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਬਹੁਤ ਸੋਹਣਾ ਅਚਾਰ ਆ ਜਿਹੜਾ ਬਿਲਕੁਲ ਬਣ ਕੇ ਰੈਡੀ ਆ ਤਿਆਰ ਆ ਤੁਸੀਂ ਇਸ ਟਾਈਮ ਹੀ ਖਾ ਸਕਦੇ ਹੋ ਇਸ ਨੂੰ ਤੁਸੀਂ ਰੋਟੀ ਪਰੌਂਠੇ ਦੇ ਨਾਲ ਪੂਰੀ ਦੇ ਨਾਲ ਖਾਓ ਬਹੁਤ ਵਧੀਆ ਲੱਗਦਾ ਦਾਲ ਸਬਜ਼ੀ ਦੇ ਸਵਾਦ ਨੂੰ ਦੁੱਗਣਾ ਕਰ ਦਿੰਦਾ ਇਹ achar ਤੇ ਇਸ ਨੂੰ ਆਪਾਂ ਲੰਬੇ ਸਮੇਂ ਤੱਕ ਰੱਖ ਸਕਦੇ ਹਾਂ ਇਹ achar ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹਾਂਜੀ ਬਾਕੀ ਤੁਸੀਂ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ